ਅਫਸੋਸ ਹੈ, ਮੈਨੂੰ ਇਹ ਵੀ ਪਤਾ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵੀਨ ਪਟਨਾਇਕ ਜਿਹੜੇ ਉੜੀਸਾ ਦੇ ਮੁੱਖ ਮੰਤਰੀ, ਉਹਨਾਂ ਦੇ ਕਲਾਸਮੇਟ ਹੈਗੇ। ਮੁੱਖ ਮੰਤਰੀ ਪੰਜਾਬ ਵਾਸਤੇ ਅਸੀਂ ਤਾਂ ਐਡੀ ਦੂਰ ਚੱਲ ਕੇ ਆਏ ਹਾਂ ਤਾਂ ਇੱਥੇ ਆ ਕੇ ਕੋਈ ਮਾੜਾ ਮੋਟਾ ਤੁਹਾਡਾ ਮੀਡੀਆ ਇੱਧਰ ਉੱਧਰ ਲੋਕਾਂ ਦੀ ਸਪੋਰਟ ਲੈ ਕੇ, ਪਰ ਮੁੱਖ ਮੰਤਰੀ ਸਾਹਿਬ ਤਾਂ ਮੇਰਾ ਖਿਆਲ ਵੀ ਉਹ ਮੈਰਿਟ ਉੱਤੇ ਟੇਕਅਪ ਕਰਨ ਸੀਰੀਅਸਲੀ, ਖਾਨਾਪੂਰੀ ਨਾ ਕਰਨ। ਉਹਨਾਂ ਨੇ ਟਵੀਟ ਕਰਤਾ, ਇੱਕ ਲੈਟਰ ਲਿਖਤਾ ਨਵੀਨ ਪਟਨਾਇਕ ਨੂੰ, ਇੱਕ ਫੋਨ ਕਾਲ ਕਰਨੀ, ਇਹ ਹੈਗੀ ਆ ਖਾਨਾਪੂਰੀ। ਉਹ ਖਾਨਾਪੂਰੀ ਨਾ ਕਰਨ, ਬੀਂਗ ਏ ਸਿੱਖ ਮੁੱਖ ਮੰਤਰੀ, ਉਹਨਾਂ ਨੂੰ ਵੀ ਸਾਡੀ ਰਿਕੁਐਸਟ ਹੈਗੀ ਹੈ ਇੱਕ ਸਿੱਖ ਮੁੱਖ ਮੰਤਰੀ ਹੋਣ ਦੇ ਨਾਤੇ ਖੁਦ ਆ ਜਾਣ, ਆ ਕੇ ਮੌਕੇ ਦਾ ਜਾਇਜ਼ਾ ਲੈਣ, ਨਵੀਨ ਪਟਨਾਇਕ ਸਾਹਿਬ ਨਾਲ ਕਰਨ ਮੀਟਿੰਗ। ਅਤੇ ਇਹ ਜਗ੍ਹਾ ਜਿਹੜੀ ਢਾਈ ਗਈ ਇੱਥੇ ਸੁੰਦਰ ਗੁਰੂ ਨਾਨਕ ਸਾਹਿਬ ਦੀ ਉਪਮਾ ਦੇ ਵਿੱਚ, ਗੁਰੂ ਘਰ, ਫਿਰ ਕਹੂੰਗਾ ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਦੇ ਸਾਰੇ ਭਾਈ। ਸੋ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਟੇਕਅਪ ਕਰ ਲੈਣਾ ਚਾਹੀਦਾ ਸੀ, ਪਰ ਅਫਸੋਸ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਸਿਰਫ ਖਾਨਾਪੂਰੀ ਕਰਨ ਤੋਂ ਇਲਾਵਾ ਕੁਛ ਨਹੀਂ ਕੀਤਾ। ਮੈਂ ਸਾਹਿਬ ਦਾ ਇਹੋ ਕਹਿਣਾ ਕਿ ਜਿਹੜਾ ਹੁਣ ਢਹਿ ਚੁੱਕਿਆ ਇਸ ਦੀ, ਜਦੋਂ ਜੇਕਰ ਪੁਨਰ ਨਿਰਮਾਣ ਹੁੰਦਾ ਤਾਂ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਪਾਤਸ਼ਾਹ ਨੂੰ ਸਮਰਪਿਤ ਹੀ ਇਹ ਸਥਾਨ ਬਣਨਾ ਚਾਹੀਦਾ, ਚਾਹੇ ਉਹ ਗੁਰੂ ਘਰ ਦੇ ਰੂਪ ਦੇ ਵਿੱਚ ਹੋਵੇ, ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਗੁਰੂ ਘਰ ਵਿੱਚ ਮੈਂ ਦੇਖ ਰਿਹਾ ਸੀ ਕਿ ਜਦੋਂ ਤੁਸੀਂ ਪਾਠ ਕਰ ਰਹੇ ਸੀ ਤੇ ਤੁਹਾਡੀਆਂ ਅੱਖਾਂ ਬਹੁਤ ਨਮ ਸਨ, ਤੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ? ਅਸੀਂ ਉਹ ਸਿੱਖ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਆਉਂਦੀ ਹੈ ਤੇ ਸਭ ਤੋਂ ਵੱਡੀਆਂ ਕੁਰਬਾਨੀਆਂ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦੀ ਗੱਲ ਆਉਂਦੀ ਹੈ ਤੇ ਸਭ ਤੋਂ ਅੱਗੇ ਦੇ ਦੇਸ਼ ਦਾ ਕਿਸੇ ਦੂਸਰੇ ਦੇਸ਼ ਦੇ ਨਾਲ ਯੁੱਧ ਹੋਇਆ ਤੇ ਸਿੱਖ ਸਭ ਤੋਂ ਅੱਗੇ, ਤੇ ਅੱਜ ਉਸ ਕੌਮ ਦੇ ਨਾਲ ਅਸੀਂ ਘੱਟ ਗਿਣਤੀ 'ਚ ਹਾਂ, ਇਹਦਾ ਮਤਲਬ ਇਹ ਤਾਂ ਨਹੀਂ ਵੀ ਅਸੀਂ ਕਾਇਰ ਤੇ ਬੁੱਝਦੇ ਨਾ। ਆਪਣੇ ਪਿਓ ਦਾ ਘਰ ਢਹਿੰਦਾ ਦੇਖ ਕੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ? ਬੜਾ ਦੁੱਖ, ਬੜਾ ਮਨ ਉਦਾਸ ਹੈ ਵੀ ਯਾਰ ਇਹ ਗਲਤ ਹੋ ਰਿਹਾ। ਤੁਸੀਂ ਸੁੰਦਰੀਕਰਨ ਲੱਗੇ ਹੋ ਕਰ, ਤੁਸੀਂ ਐਸਾ ਸੁੰਦਰ ਸਥਾਨ ਬਣਾ ਕੇ ਦਿਓ, ਭਗਵਾਨ ਜਗਨਨਾਥ ਦਾ ਮੰਦਿਰ ਇੱਕ ਪਾਸੇ ਆ, ਗੁਰੂ ਨਾਨਕ ਸਾਹਿਬ ਨੇ ਆਰਤਾ ਉਚਾਰਨ ਕੀਤਾ ਇੱਕ ਪਾਸੇ, ਤਾਂ ਕਿ ਸਾਰੇ ਸ਼ਰਧਾਲੂ, ਸਾਰੇ ਵੱਖ ਵੱਖ ਧਰਮਾਂ ਦੇ ਸ਼ਰਧਾਲੂ ਆ ਕੇ ਦੇਖਣ ਵੀ ਸਾਡੇ ਦੇਸ਼ ਦੀ ਮਹਾਨਤਾ ਕੀ ਹੈ। ਇੱਕ ਪਾਸੇ ਮੰਦਿਰ ਹੈ, ਦੂਸਰੇ ਪਾਸੇ ਗੁਰਦੁਆਰਾ ਸਾਹਿਬ ਆ, ਤੀਸਰੇ ਹੱਥ ਮਸਜਿਦ ਹੈਗੀ, ਇੱਕ ਪਾਸੇ ਚਰਚ ਹੈਗੀ ਹੈ, ਇਹ ਸਾਡੇ ਦੇਸ਼ ਦੀ ਮਹਾਨਤਾ। ਅੱਜ ਇਸ ਮਹਾਨਤਾ ਨੂੰ ਤੋੜਨ ਵਾਸਤੇ ਰਾਜਨੀਤਿਕ ਲੋਕ ਸਿਰਫ ਕੁਰਸੀ ਵਾਸਤੇ, ਤਾਂ ਮੈਂ ਫਿਰ ਕਹੂੰਗਾ ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ, ਇਹ ਦੇਸ਼ ਲੋਕਾਂ ਦਾ, ਹਿੰਦੂ ਮੁਸਲਿਮ ਸਿੱਖ ਈਸਾਈ ਲੋਕਾਂ ਦਾ ਦੇਸ਼ ਹੈ, ਕਿਸੇ ਲੀਡਰ ਦਾ, ਕਿਸੇ ਇੱਕ ਪਾਰਟੀ ਦਾ ਦੇਸ਼। ਮੈਂ ਸਾਹਿਬ ਤੁਸੀਂ ਮੰਗੂ ਉਹ ਸਥਾਨ ਜਿੱਥੇ ਗੁਰੂ ਨਾਨਕ ਸਾਹਿਬ ਨੇ ਬਹੁਤ ਲੰਬਾ ਸਮਾਂ ਰਹਿ ਕੇ ਪਵਿੱਤਰ ਆਰਤਾ ਉਚਾਰਨ ਕੀਤਾ, ਬ੍ਰਹਿਮੰਡ ਪ੍ਰਕਿਰਤੀ ਨੇਚਰ ਦੀ ਆਰਤੀ ਉਤਾਰੀ ਉਹਨਾਂ ਨੇ, ਤੋ ਢਹਿ ਢੇਰੀ ਕਰਦਾ, ਬੜਾ ਮਨ ਭਾਵੁਕ ਹੈ। ਐਂਡ ਅਸੀਂ ਪੰਜਾਬ ਜਾ ਕੇ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਸੰਪਰਕ ਕਰਕੇ ਲੱਖਾਂ ਦੀ ਗਿਣਤੀ 'ਚ ਸੰਗਤ ਲੈ ਕੇ ਆਵਾਂਗੇ। ਇਹ ਨਹੀਂ ਹੈਗਾ ਜੇ ਅਸੀਂ 1500 ਕਿਲੋਮੀਟਰ ਦੂਰ ਬੈਠੇ ਹਾਂ ਅਤੇ ਸਾਡੇ ਲਈ ਬਾਬੇ ਨਾਨਕ ਦਾ ਦੁਆਰ ਕੋਈ ਬਗਾਨਾ ਹੋ ਜਾਵੇ ਅਤੇ ਕੋਈ ਬੰਦਾ ਤਾਨਾਸ਼ਾਹ ਬਣ ਜਾਵੇ ਮੁੱਖ ਮੰਤਰੀ ਦੇ, ਕਹੇ ਢਾਹ ਤਾ। ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ, ਹਿੰਦੂ ਮੁਸਲਿਮ ਸਿੱਖ ਈਸਾਈ, ਇੱਕ ਐਸਾ ਮਹਾਨ ਗੁਲਦਸਤਾ ਸਾਡਾ ਦੇਸ਼ ਪੂਰੀ ਦੁਨੀਆਂ ਦੇ ਵਿੱਚੋਂ। ਸੋ ਅਸੀਂ ਫਿਰ ਨਵੀਨ ਪਟਨਾਇਕ ਸਾਹਿਬ ਨੂੰ ਯਤਨ ਕਰਾਂਗੇ, ਉਹਨਾਂ ਨੇ ਦਿੱਲੀ ਤੋਂ ਕੱਲ੍ਹ ਵਾਪਸ ਆ ਜਾਣਾ, ਵੀ ਅਸੀਂ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਪ੍ਰਾਰਥਨਾ ਕਰਕੇ ਜਾਈਏ, ਨਹੀਂ ਮੰਨਣਗੇ ਫਿਰ ਅਸੀਂ ਜਾ ਕੇ ਪੰਜਾਬ ਦੇ ਵਿੱਚ ਅਗਲੇ ਪ੍ਰੋਗਰਾਮ ਲਈ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਲੱਖਾਂ ਦੀ ਗਿਣਤੀ 'ਚ ਸਿੱਖ ਲੈ ਕੇ ਆਵਾਂ। ਪਰ ਅਸੀਂ ਇਹ ਅਸਥਾਨ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਕਿਰਾਇਆ ਗਿਆ ਇਹਦੇ ਉੱਤੇ ਕੁਛ ਨਹੀਂ, ਇੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਬਿਲਡਿੰਗ, ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਦਰਬਾਰ ਸਾਹਿਬ ਅਤੇ ਗੁਰਦੁਆਰਾ ਸਾਹਿਬ ਦੀ ਉਸਾਰੀ। ਪੁਰੀ ਦੇ ਜਿੰਨੇ ਵੀ ਗੁਰੂ ਨਾਨਕ ਸਾਹਿਬ ਦੇ ਅਸਥਾਨ ਨੇ ਉਹਨਾਂ ਨੂੰ ਬਚਾਉਣ ਦੇ ਲਈ ਤੁਹਾਡੀ ਪਾਰਟੀ ਅਤੇ ਸਿੱਖਾਂ ਵੱਲੋਂ ਤੁਸੀਂ ਇੱਥੇ ਮੋਰਚਾ ਲਗਾਓਗੇ? ਅਸੀਂ ਜਾ ਕੇ ਸਾਰੀ ਰੈਸਲਾ ਸਾਰੇ ਕੌਮ ਦੇ ਮੁਖੀਆਂ ਨਾਲ, ਸੰਗਠਨਾਂ ਨਾਲ ਰਹਿ ਕਰਕੇ ਤਕੜਾ ਕਰੜਾ ਐਕਸ਼ਨ ਪ੍ਰੋਗਰਾਮ ਉਲੀਕਾਂਗੇ। ਐਂਡ ਬੌਲੀ ਸਾਹਿਬ ਨਾਨਕ ਮੱਠ, ਜਿਹਨੂੰ ਪੰਜਾਬੀ ਮੱਠ ਦਾ ਹੌਲੀ ਹੌਲੀ ਨਾਮ ਦੇ ਤਾ, ਵੀ ਸਾਫ਼ ਕਰ ਦਈਏ, ਅਸਲ 'ਚ ਨਾਨਕ ਮੱਠ ਹੈ, ਅਸੀਂ ਉਹਨੂੰ ਕਿਸੇ ਵੀ ਕੀਮਤ 'ਤੇ ਗਰਾਉਂਡ ਨਹੀਂ ਲਾਉਣਾ। ਜਿਹੜਾ ਇਹਨਾਂ ਨੇ ਕੰਮ ਇੱਥੇ ਅੰਦਰ ਗੁਟਕਾ ਸਾਹਿਬ, ਉਹ ਸਾਹਮਣੇ ਨਿਸ਼ਾਨ ਸਾਹਿਬ ਦੇ ਉੱਪਰ ਖੰਡਾ ਸਾਹਿਬ, ਉਹ ਦੇਖੋ ਪਾੜ ਦੇ ਵਿੱਚ ਸੁੱਟਿਆ, ਬਿਲਡਿੰਗ ਢਾਈ ਗਈ ਜਦੋਂ। ਸੋ ਸਾਰੀਆਂ ਨਿਸ਼ਾਨੀਆਂ ਪੰਡਿਤ ਜੀ ਤੋਂ ਅਸੀਂ ਬੜੇ ਸਤਿਕਾਰ ਦੇ ਨਾਲ ਗੁਟਕਾ ਸਾਹਿਬ ਅੰਦਰ ਸਾਂਭਿਆ ਹੋਇਆ। ਉਹ ਇੱਥੇ ਕਿਸੇ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ, ਇੱਕ ਪ੍ਰੀ ਪਲੈਨ ਸਾਜਿਸ਼ ਦੇ ਤਹਿਤ ਇਹ ਸਾਰਾ ਕੁਛ ਨਿਸ਼ਚੋ ਨਬੂਤ ਕੀਤਾ ਜਾ ਰਿਹਾ। ਸੋ ਅੱਜ ਸਾਡਾ ਦੇਸ਼ ਕਿਹੜੇ ਰਸਤੇ ਤੁਰਿਆ ਹੋਇਆ, ਕਿਤੇ ਕੈਬ, ਕਿਤੇ ਲੱਲਾ, ਕਿਤੇ ਖੱਖਾ। ਮੈਂ ਫਿਰ ਕਹੂੰਗਾ ਕਿ ਅਸੀਂ ਹਿੰਦੂ ਮੁਸਲਿਮ ਸਿੱਖ ਈਸਾਈ ਜੈਨ ਬੋਧੀ
ਇਹ ਸਾਡਾ ਸਾਰੇ ਲੋਕਾਂ ਦਾ ਦੇਸ਼ ਹੈਗਾ, ਕਿਸੇ ਦੇ ਬਾਪ ਦੀ ਜੱਗੀ ਜੱਦੀ ਜ਼ਗੀਰ ਨਹੀਂ ਹੈ ਦੇਸ਼। ਬਲਵਿੰਦਰ ਸਿੰਘ ਜੀ, ਤੁਸੀਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਪੂਰੀ ਰਿਪੋਰਟ ਦੇ ਕੇ ਉਹਨਾਂ ਤੋਂ ਮੰਗ ਕਰੋਗੇ ਕਿ ਕੌਮ ਵੱਲੋਂ ਕੋਈ ਮੋਰਚਾ ਇੱਥੇ ਲਗਾਇਆ ਜਾਵੇ? ਮੈਂ ਜਥੇਦਾਰ ਜੀ ਨੂੰ ਵੀ ਬੇਨਤੀ ਕਰੂੰਗਾ, ਪਰ ਸਾਰਿਆਂ ਤੋਂ ਵੱਡੀ ਚੁਣੀ ਹੋਈ ਨੁਮਾਇੰਦਾ ਜਮਾਤ ਜੀ ਦਾ ਮੈਂ ਵੀ ਮੈਂਬਰ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰ ਅੱਜ ਮੈਨੂੰ ਇੱਥੇ ਆ ਕੇ ਨਮੋਸ਼ੀ ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁੱਤੀ ਪਈ ਹੈ। ਮੈਂ ਜਾ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਬੇਨਤੀ ਕਰੂੰਗਾ ਕਿ ਪੰਜੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਇਕੱਠੇ ਹੋ ਕੇ ਇੱਕ ਮੋਰਚਾ ਆਰੰਭ ਕਰੋ, ਤਾਂ ਕਿ ਆਹ ਜਿਹੜਾ ਰਸਤਾ ਤੁਰ ਪਿਆ ਇਹ ਰਸਤਾ ਰੁਕਣਾ ਨਹੀਂ, ਇਹਨੂੰ ਰੋਕਣਾ ਪੈਣਾ। ਆਪਾਂ ਇਸ ਦੇਸ਼ ਦੇ ਮਾਲਕ ਆ, ਆਪਾਂ ਘੱਟ ਗਿਣਤੀ ਹਾਂ, ਇਸੇ ਕਰਕੇ ਪਟਨਾਇਕ ਸਾਹਿਬ ਨੇ ਸੋਚਿਆ ਵੀ ਘੱਟ ਗਿਣਤੀ ਆ, ਇਹ ਕੀ ਕਰਨਗੇ, ਥੋੜ੍ਹੇ ਜਿਹੇ ਸਿੱਖ ਵੱਸਦੇ ਆ। ਪਰ ਉਹਨਾਂ ਨੂੰ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਪਟਨਾਇਕ ਸਾਹਿਬ, ਅਸੀਂ 3-4 ਦਿਨਾਂ ਤੋਂ ਲਗਾਤਾਰ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ 'ਚ ਹਾਂ, ਨਾ ਤੁਹਾਡਾ ਜਿਹੜਾ ਦਫ਼ਤਰ ਆ ਸੀ ਐਮ ਆਫਿਸ ਆ, ਨਾ ਸ਼ਾਇਦ ਉਹ ਤੁਹਾਨੂੰ ਸੁਨੇਹਾ ਦੇ ਰਿਹਾ, ਔਰ ਨਾ ਉਹ ਤੁਹਾਨੂੰ ਕਿਸੇ ਮੀਟਿੰਗ ਲਈ ਸਾਨੂੰ ਸਮਾਂ ਦੇ ਰਿਹਾ। ਔਰ ਅਸੀਂ ਤਾਂ ਇਹ ਵੀ ਕਿਹਾ ਸੀ ਕਿ ਅਸੀਂ ਦਿੱਲੀ ਮਿਲ ਲਾਂਗੇ ਪਟਨਾਇਕ ਸਾਹਿਬ ਨੂੰ, ਉੱਥੇ ਮੀਟਿੰਗ ਕਰਾ ਦਿਓ, ਪਰ ਅਸੀਂ ਅੱਜ ਦੁਬਾਰਾ ਇਸ ਯਤਨ 'ਚ ਹਾਂ ਕਿ ਪਟਨਾਇਕ ਸਾਹਿਬ ਸਾਨੂੰ ਕੱਲ੍ਹ, ਸਾਡੀ ਵਾਪਸੀ ਹੈ, ਜੇ ਉਹ ਕੱਲ੍ਹ ਦਾ ਸਮਾਂ ਦੇਣ, ਪਰਸੋਂ ਦਾ ਸਮਾਂ ਦੇਣ, ਜਦੋਂ ਸਾਨੂੰ ਸਮਾਂ ਦੇਣ ਅਸੀਂ ਟਿਕਟਾਂ ਦੀ ਪ੍ਰਵਾਹ ਨਹੀਂ, ਨਵੀਆਂ ਲੈ ਲਾਂਗੇ ਪਟਨਾਇਕ ਸਾਹਿਬ। ਪਰ ਤੁਸੀਂ ਸਾਡਾ ਪੱਖ ਇੱਕ ਵਾਰੀ ਸੁਣ ਕੇ ਸਿੱਖ ਕੌਮ ਦੇ ਨਾਲ ਜਿਹੜਾ ਤੁਹਾਡਾ ਪ੍ਰੇਮ ਆ ਉਹਨੂੰ ਖਰਾਬ ਨਾ ਕਰੋ, ਕਿਉਂਕਿ ਸਿੱਖ ਕੌਮ ਨੇ ਆਪਣੇ ਬਾਪ ਦੀ ਜਗ੍ਹਾ ਨੂੰ ਛੱਡਣਾ ਨਹੀਂ। ਅਸੀਂ ਦਿਖਾਇਆ ਕਿ ਉਹ ਸਾਹਮਣੇ ਨਿਸ਼ਾਨ ਸਾਹਿਬ ਦਾ ਉੱਪਰਲਾ ਹਿੱਸਾ ਪਿਆ ਹੈ, ਤੁਸੀਂ ਸ਼੍ਰੋਮਣੀ ਕਮੇਟੀ ਮੈਂਬਰ ਹੋ, ਸਿੱਖਾਂ ਦੀ ਸਰਵੋਤਮ ਜਿਹੜੀ ਹੈ। ਭੈਣ ਜੀ, ਤੁਸੀਂ 2 ਮਹੀਨੇ ਪਹਿਲਾਂ ਵੀ ਸੁਖਵਿੰਦਰ ਕੌਰ ਜੀ, ਤੁਸੀਂ ਪਹਿਲਾਂ ਵੀ ਇੱਥੇ ਆਏ ਹੋ ਔਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਆ ਰਹੇ ਹੋ, ਅਤੇ ਇੱਕ ਸਿੱਖ ਹੋਣ ਦੇ ਨਾਤੇ ਤੁਹਾਡੇ ਹਿਰਦਾ ਉਸੇ ਤਰ੍ਹਾਂ ਹੀ ਦਰਦ ਔਰ ਦੁੱਖ ਨਾਲ ਵਲੂੰਦ ਰਿਹਾ ਗਿਆ ਜਿਵੇਂ ਸਮੁੱਚੀ ਸਿੱਖ ਕੌਮ ਦਾ? ਬਿਲਕੁਲ ਜੀ, ਬਹੁਤ ਜ਼ਿਆਦਾ, ਕਿਉਂਕਿ ਜਦੋਂ ਇਹ ਫੈਸਲਾ ਆਇਆ ਸੀਗਾ ਕਿ ਦੋਨੇ ਜਗ੍ਹਾ ਨੂੰ ਪੰਜਾਬੀ ਮੱਠ ਅਤੇ ਮੰਗੋਵਟ ਨੂੰ ਢਾ ਦਿੱਤਾ ਜਾਏਗਾ, ਉਸ ਸਮੇਂ ਤੋਂ ਹੀ ਅਸੀਂ ਸਾਰਿਆਂ ਤੋਂ ਸਿੱਖ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਕਿ ਸਾਰੇ ਇੱਥੇ ਆਓ, ਅਸੀਂ ਜਗ੍ਹਾ ਨੂੰ ਬਚਾਈਏ। ਅਸੀਂ ਚੀਫ ਮਨਿਸਟਰ ਉੜੀਸਾ, ਚੀਫ ਮਨਿਸਟਰ ਪੰਜਾਬ, ਦਿੱਲੀ ਕਮੇਟੀ, DSGPC, ਬਾਕੀ ਅਕਾਲੀਆਂ ਨੂੰ, ਸਾਰਿਆਂ ਨੂੰ ਅਸੀਂ ਇੱਥੋਂ ਮੈਮੋਰੈਂਡਮ ਪਾਏ ਹਾਂ ਕਿ ਆਪ ਜੀ ਇੱਥੇ ਆਓ, ਆ ਕੇ ਦੇਖੋ ਇੱਥੇ ਕੀ ਹੋ ਰਿਹਾ ਆ। ਉਸ ਕਰਕੇ ਅਸੀਂ ਟਵੀਟ ਵੀ ਬਹੁਤ ਕੀਤਾ ਅਤੇ ਆਪਣਾ ਪੰਜਾਬ CM ਜੀ ਅਮਰਿੰਦਰ ਸਿੰਘ ਜੀ ਦਾ ਰਿਪਲਾਈ ਵੀ ਆਇਆ, ਉਹਨਾਂ ਨੇ ਉੜੀਸਾ CM ਨੂੰ ਇਹ ਵੀ ਕਿਹਾ ਕਿ ਤੁਸੀਂ ਇਹ ਜਗ੍ਹਾ ਨੂੰ ਨਾ ਢਾਓ, ਉਹਨਾਂ ਨੇ ਲੈਟਰ ਵੀ ਲਿਖਿਆ। ਉਸ ਤੋਂ ਬਾਅਦ ਕੁਝ ਸਮੇਂ ਲਈ ਇਹ ਜਗ੍ਹਾ ਜਿਹੜੀ ਬੰਦ ਹੋ ਗਿਆ ਸੀ ਢਾਣਾ, ਜਦੋਂ ਇਹਨਾਂ ਨੇ ਢਾ ਦਿੱਤਾ ਉਸ ਤੋਂ ਬਾਅਦ ਤੁਸੀਂ ਆਏ ਤੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ? ਬਹੁਤ ਜ਼ਿਆਦਾ ਦਰਦ ਹੋਇਆ ਜੀ, ਮੇਰੇ ਦਿਲ ਦੇ ਵਿੱਚ ਇੰਨਾ ਦੁੱਖ ਹੋਇਆ, ਮੈਂ ਹੱਥ ਜੋੜ ਕੇ ਇੱਥੇ ਕੈਮਰੇ ਦੇ ਸਾਹਮਣੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਸਾਡੇ ਗੁਰੂ ਦੀ ਜਗ੍ਹਾ ਹੈ ਜੀ, ਸਾਡੇ ਗੁਰੂ ਦੀ ਸ਼ੋਅ ਪ੍ਰਾਪਤ ਜਗ੍ਹਾ ਹੈ ਜੀ, ਉਹਨੂੰ ਨਾ ਢਾਇਆ ਜਾਵੇ, ਸਾਡੇ ਗੁਰੂ ਦੀਆਂ ਨਿਸ਼ਾਨੀਆਂ ਨੂੰ ਨਾ ਮਿਟਾਇਆ ਜਾਵੇ। ਮੈਂ ਪਟਨਾਇਕ ਸਰਕਾਰ ਨੂੰ ਬਹੁਤ ਜ਼ਿਆਦਾ ਮਤਲਬ ਬੇਨਤੀਆਂ ਕਰਕੇ ਗਏ, ਹੱਥ ਜੋੜ ਜੋੜ ਕੇ, ਕਲੈਕਟਰ ਨੂੰ ਮਿਲ ਕੇ ਗਏ, ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਕਿ ਜੀ ਸਾਡੀ ਜਗ੍ਹਾ ਨੂੰ ਨਾ ਢਾਇਆ ਜਾਵੇ, ਪਰ ਇਹਨਾਂ ਨੇ ਸਾਡੀ ਕਿਸੇ ਦੀ ਕੁਛ ਨਹੀਂ ਸੁਣੀ, ਇਹਨਾਂ ਨੇ ਸਾਰੀ ਜਗ੍ਹਾ ਢਾ ਦਿੱਤੀ। ਬਸ 8x10 ਦਾ ਜਿਹੜਾ ਛੋਟਾ ਜਿਹਾ ਕਮਰਾ ਆ ਜਿਹਦੇ ਵਿੱਚ ਆਪਣੇ ਜਗਨਨਾਥ ਜੀ ਦਾ ਸਟੈਚੂ ਰੱਖਿਆ ਹੋਇਆ, ਸ਼੍ਰੀ ਚੰਦ ਜੀ ਦਾ ਸਟੈਚੂ ਰੱਖਿਆ, ਇੰਨੀ ਜਗ੍ਹਾ ਬਚੀ ਆ, ਬਾਕੀ ਸਾਰੀ ਜਗ੍ਹਾ ਜਿਸ ਤਰ੍ਹਾਂ ਤੁਸੀਂ ਦੇਖ ਪਾ ਰਹੇ ਹੋ ਸਾਰੀ ਢਹਿ ਢਾਰੀ ਕਰ ਦਿੱਤੀ ਹੈ, ਮੰਡੀਆਂ ਮੇਟ ਕਰ ਦਿੱਤੀ ਆ। ਹੁਣ ਕੌਮ ਨੂੰ ਕਿਸ ਤਰ੍ਹਾਂ ਦਾ ਮੋਰਚਾ ਲਗਾਉਣਾ ਚਾਹੀਦਾ? ਹੁਣ ਕੌਮ ਨੂੰ ਇਸ ਤਰ੍ਹਾਂ ਦਾ ਮੋਰਚਾ ਲਗਾਉਣਾ ਜੀ, ਜਗ੍ਹਾ ਜਿਹੜੀ ਆ ਉਹ ਤੇ ਮੰਗੂ ਮੱਠ ਦੀ ਆ, ਗੁਰੂ ਨਾਨਕ ਦੇਵ ਜੀ ਨੂੰ ਬਿਲੋਂਗ ਕਰਦੀ ਆ, ਤੇ ਸਾਰੀ ਕੌਮ ਮਿਲ ਕੇ ਮੇਰੀ ਸਾਰੀ ਕੌਮ ਨੂੰ ਅਪੀਲ ਆ ਕਿ ਆਪ ਜੀ ਸਭ ਜਣੇ ਇੱਥੇ ਜਣ ਆਓ ਤੇ ਅਸੀਂ ਇਹ ਜਗ੍ਹਾ ਦੀ ਪ੍ਰਾਪਤੀ ਕਰੀਏ, ਅਸੀਂ ਗੌਰਮੈਂਟ ਨੂੰ ਅਪੀਲ ਕਰੀਏ ਕਿ ਸਾਡੀ ਜਿਹੜੀ ਜਗ੍ਹਾ ਆ ਉਹ ਸਾਨੂੰ ਦਿੱਤੀ ਜਾਵੇ, ਤੁਸੀਂ ਇਹਨੂੰ ਬਿਊਟੀਫਾਈ ਕਰਨਾ ਚਾਹੁੰਦੇ ਆ, ਅਸੀਂ ਇਹਨੂੰ ਬਹੁਤ ਸੋਹਣੀ ਤਰ੍ਹਾਂ ਤੇ ਬਿਊਟੀਫਾਈ ਕਰਾਂਗੇ ਇਸ ਜਗ੍ਹਾ ਨੂੰ, ਜਿਹੜਾ ਕਿ ਇੱਕ ਯਾਦਗਾਰ ਬਣੇਗਾ ਕਿ ਜਿੱਥੇ ਕਿ ਆਰਤੀ ਸਾਹਿਬ ਦਾ ਉਚਾਰਨ ਹੋਇਆ ਸੀਗਾ ਉਹ ਜਗ੍ਹਾ ਇੰਨੀ ਸੋਹਣੀ ਬਣ ਗਈ ਆ, ਜਿਹਦੇ ਨਾਲ ਕਿ ਪੂਰੀ ਦੀ ਸੁੰਦਰਤਾ। This is a follower of the Kabir Panth, who was also... आप कबीर पंथ ही हैं, आप बताइए। कबीर के भक्त हैं। कबीर के भक्त हैं। हाँ जी, गुरु, तो आप, गुरु आप, नाना गांव वाला गुरु है। तो ये जो जगह यहाँ पर उड़ीसा सरकार ने गिरा दी, आपको कैसे लग रहा है? हमको ऐसा नहीं लग रहा है, क्योंकि गुरु जी का मंदिर है और गुरु जी देवता होते हैं, देवता के बाद गुरु होते हैं, गुरु के पहले देवता होते नहीं, गुरु के बाद गुरु देवता होते हैं, गुरु जी ने देवता को बनाया। कितने कबीरपंथी हैं पूरी में? हमारा 2 है। नहीं, कितने लोग हैं? हमारा या अभी कभी करीब 2,000-2,500 आदमी होगी। 2,500-2,500 हैं। भगत सिंह, तो यहाँ पर अभी हम मोर्चा लगाएंगे गुरु नानक का गुरुद्वारा बनाने के लिए, आप लोग आओगे? हाँ, सभी लोग। हाँ, क्यों नहीं आएंगे?
हम बराबर रहेंगे। आपने सरकार को कभी लिख के दिया है कि भाई मत गिराओ? नहीं दिया, मतलब हम लोग का जो आदमी है यहाँ वो जाते हैं हरियाणा आश्रम पर जाते हैं हम लोग, महीने में चार महीने में पांच महीने में हम एक बार जाते हैं वहाँ। क्या नाम है आपका? हम लोग का नाम है श्याम सुंदर समुद्र है। पुरी के पक्के रहने वाले हो? पुरी के पक्के रहने वाले, हम लोकल वासी है। अच्छा, हमारा तो घर भी यही है। और ये कितने पीढ़ियों से यहाँ रह रहे हो? हमारा तीन पीढ़ी हो गए, पिताजी परपिता उनके पिते। अच्छा, आप में से आपकी पीढ़ी में से कोई है जिसने जो ये कह सके कि वो गुरु नानक के टाइम से है? गुरु नानक से पहले है, गुरु नानक से पहले जब से कबीर है तब से ये आश्रम है। ये आश्रम है, उधर कबीर का मठ है, समुद्र किनारे में कबीर का मठ है और ये कबीर का आश्रम है। मठ से जब आते हैं मंदिर को दर्शन करते हैं और आश्रम घूम के जाते हैं। आप क्या कह रहे थे कि नीचे मंदिर और ऊपर क्या है? ऊपर लॉजिंग था, अंदर 30 रूम का लॉजिंग था, लैट्रिन ऊपर था, मंदिर तो नीचे था। वहाँ तो हजार डेढ़ हजार साल पहले का मठ वो भी गिरा दिया गया, वो तो मंदिर के सामने 75 मीटर 75 मीटर। तो हम लोग तो इतनी दूर से आए, यहाँ के लोगों का क्या खून पानी हो गया है कि हजार साल पुराना मंदिर है और किसी ने चिल्ला है? सब तो तोड़ दिया गया, तो खाली तो फिर है। हम सबको यहाँ पर ना, हम मना नहीं कर रहे, तोड़ना गलत है, लेकिन मंदिर का सुरक्षा के लिए जो 75 मीटर से वो तो अच्छा है ना, मंदिर तो होगा ना। आपका अमृतसर में क्या है? अमृतसर में हमने कोई भी एंक्रोचमेंट गिराया नहीं है। एंक्रोचमेंट तो नहीं है उधर, तो जो पहले जो से था उसी को, उदासी मंदिर है हाँ। अमृतसर में उसको वहीं रख दिया ना, यहाँ तो रखा है, वो तो लॉजिंग तोड़ दिया गया ना। यहाँ क्या मंदिर तोला हम देखा है।